ਲਓ ਵੀ ਮਿੱਤਰੋ, ਪਹਿਲਾਂ ਤੁਸੀਂ ਇਸ ਵੀਰ ਦੀ ਫੋਟੋ ਦੇਖੋ, ਤੁਸੀਂ ਜਰਾ ਧਿਆਨ ਨਾਲ ਵੇਖ ਲਓ, ਅਤੇ ਬਹੁਤ ਵੱਡਾ ਤੁਹਾਨੂੰ ਜਾਦੂ ਵਿਖਾਉਣਾ ਜਾਂ ਜਾਦੂ। ਇਹ ਆ ਲਓ ਜੀ, ਆ ਲਓ ਜੀ, ਆ ਲਓ ਵੀ ਮਿੱਤਰੋ, ਆ ਲਓ ਧਿਆਨ ਨਾਲ ਵੇਖੋ ਥੋੜ੍ਹਾ ਜਿਹਾ, ਆਹ ਫੋਟੋ ਦੇਖ ਲਓ, ਅਤੇ ਹੁਣ ਆ ਵੀਰ ਦੇਖ ਲਓ। ਕਰਲੀ ਦੱਸ ਦਈਏ ਕਿ ਇਹ ਐਸੇ ਵੀਰ ਦੀ ਇਹ ਪਹਿਲੀ ਫੋਟੋ ਹੈ, ਜਦੋਂ ਇਹ ਵੀਰ ਨਸ਼ਿਆਂ ਦੇ ਦਲਦਲ 'ਚ ਫਸਿਆ ਹੋਇਆ ਸੀ, ਮਤਲਬ ਇਸੇ ਤਰ੍ਹਾਂ ਦਾ ਨਸ਼ਾ ਨਹੀਂ ਛੱਡਿਆ, ਅਤੇ ਬਹੁਤ ਮਾੜਾ ਹਾਲ ਸੀ, ਮਸਾਂ 45 ਕਿਲੋ ਭਾਰ ਰਹਿ ਗਿਆ ਸੀ, ਅਤੇ ਅੱਜ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੋਈ ਕਿ ਸਿੰਘ ਸੱਜ ਗਿਆ ਵੀਰ, ਅੰਮ੍ਰਿਤਪਾਨ ਕਰ ਲਿਆ, ਸ੍ਰੀ ਸਾਹਿਬ ਪਾਇਆ ਹੋਇਆ ਸਿਰ 'ਤੇ, ਸੋਹਣਾ ਦਮਾਲਾ ਸਜਾਉਂਦਾ ਹੈ, ਅਤੇ ਜਿਹੜੇ ਪਿੰਡ ਦੇ ਵਿੱਚ ਪਹਿਲਾਂ ਨਸ਼ੇੜੀ ਨਸ਼ੇੜੀ ਕਹਿ ਕੇ ਓਏ ਓਏ ਕਹਿ ਕੇ ਬੁਲਾਉਂਦੇ ਹੁੰਦੇ ਸੀ, ਅੱਜ ਬਾਬਾ ਜੀ ਅਤੇ ਸਰਦਾਰ ਜੀ ਹੁੰਦੀ ਫਿਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਬਹੁਤ ਜ਼ਿਆਦਾ ਨਸ਼ਾ ਕਰਦਾ ਸੀਗਾ, ਅਤੇ ਮੈਂ ਨਸ਼ਾ ਛੱਡ ਕੇ ਕਿਸੇ ਦਵਾਈ ਤੋਂ ਬਗੈਰ, ਕੋਈ ਦਵਾਈ ਨਹੀਂ ਲਿੱਤੀ, ਕੋਈ ਕੁਛ ਨਹੀਂ ਲਿੱਤਾ ਜੀ, ਸਿਰਫ ਇੱਕ ਵਾਹਿਗੁਰੂ ਦੇ ਨਾਮ ਦੇ ਸਹਾਰੇ ਮੈਂ ਨਸ਼ਾ ਛੱਡਿਆ ਜੀ। ਅੱਛਾ ਬਾਈ, ਪਹਿਲਾਂ ਦੱਸੋ ਵੀ ਨਸ਼ਾ ਤੁਸੀਂ ਕਰਦੇ ਕਿਹੜਾ ਕਿਹੜਾ ਸੀ? ਦੇਖੋ ਵੀਰੇ, ਦਾਦਿਆਂ ਨੂੰ ਵੀ ਸ਼ਰਮ ਆਉਂਦੀ ਆ, ਗੱਲ ਮੁਕਾ ਦਈਏ ਵੀ ਕੋਈ ਛੱਡਿਆ ਹੀ ਨਹੀਂ, ਕੁਛ ਨਹੀਂ ਜੀ, ਕਹਿੰਦੇ ਹੁੰਦੇ ਨਾ ਜੀ ਜਿਵੇਂ ਸਿਆਣੇ ਕਹਿੰਦੇ ਜੀ, ਕੁਛ ਵੀ ਸਾਰਾ ਕੁਛ ਤੈਅ ਸੀਗਾ ਜੀ। ਹਾਂ ਨਹੀਂ ਠੀਕ ਹੈ, ਕੋਈ ਵੀ ਨਸ਼ਾ ਨਹੀਂ ਛੱਡਿਆ ਵੀ, ਕੋਈ ਇਹੋ ਜਿਹਾ ਨਸ਼ਾ ਨਹੀਂ ਸੀ ਜਿਹੜਾ ਵੀ ਆਪਾਂ ਕੀਤਾ ਨਹੀਂ ਜੀ, ਜਿਹੜਾ ਦੁਨੀਆਂ 'ਤੇ ਸਵਾਦ ਨਹੀਂ ਦੇਖਿਆ ਜਿਹਦਾ। ਅੱਛਾ ਅੱਛਾ, ਅਤੇ ਇੱਕ ਨਾ ਜਿਹੜੇ ਮਤਲਬ ਕਿ ਵੀਰ ਨਸ਼ਾ ਛੱਡਣਾ ਚਾਹੁੰਦੇ ਆ, ਉਹਨਾਂ ਦੇ ਮਨ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੁੰਦਾ ਹੈ ਯਾਰ, ਵੀ ਅੱਜ ਨਸ਼ਾ ਕਰੀ ਜਾਂਦੇ ਹਾਂ, ਵੀ ਜੇ ਕੱਲ੍ਹ ਨੂੰ ਛੱਡਦੇ ਹਾਂ ਤਾਂ ਯਾਰ ਸਰੀਰ ਟੁੱਟੂਗਾ, ਮਤਲਬ ਇੱਕ ਤਰ੍ਹਾਂ ਤੋੜ ਲੱਗੂਗੀ, ਤਾਂ ਕਿਹੜੀਆਂ ਕਿਹੜੀਆਂ ਮਤਲਬ ਤੁਹਾਨੂੰ ਜਦੋਂ ਤੁਸੀਂ ਨਸ਼ਾ ਛੱਡਤਾ, ਹਾਂਜੀ, ਅਤੇ ਹੌਲੀ ਹੌਲੀ ਛੱਡਿਆ ਕਿ ਯਕਦਮ ਛੱਡਤਾ, ਯਕਦਮ ਬ੍ਰੇਕ ਲਾਤੀ? ਮੈਂ ਯਕਦਮ ਬ੍ਰੇਕ ਲਾਏ ਸੀਗੇ, ਮੈਂ ਤਾਂ ਨਹੀਂ ਕਹਿੰਦਾ ਮੈਂ ਹੌਲੀ ਹੌਲੀ ਛੱਡਿਆ ਜਾਂ ਉਹ, ਮੈਂ ਯਕਦਮ ਹੀ ਛੱਡਿਆ ਸੀ। ਅਤੇ ਜਦੋਂ ਵੀ ਕਿਸੇ ਵੀ ਚੀਜ਼ 'ਤੇ ਯਕਦਮ ਆਪਾਂ ਬ੍ਰੇਕ ਲਾਉਂਦੇ ਹਾਂ, ਭਾਵੇਂ ਉਹ ਗੱਡੀ ਕਿਉਂ ਨਾ ਹੋਵੇ, ਆਪਾਂ ਨੂੰ ਧੱਕਾ ਤਾਂ ਮਾਰਦੀ ਹੈ, ਧੱਕਾ ਤਾਂ ਵੱਜਿਆ ਸੀ ਜੀ, ਤਾਂ ਉਹ ਫਿਰ ਧੱਕੇ ਦੇ ਵਿੱਚ ਕਿਹੜੀਆਂ ਕਿਹੜੀਆਂ ਤੁਹਾਨੂੰ ਮਤਲਬ ਪ੍ਰੋਬਲਮ ਆਈਆਂ, ਕਿੰਨੀ ਕੁ ਤੋੜ ਲੱਗੀ, ਅਤੇ ਕੀ ਕੁਝ ਸਰੀਰ ਨਾਲ ਹੁੰਦਾ ਸੀ, ਮਤਲਬ ਕਿ ਤੁਸੀਂ ਤੋੜ ਸ਼ਬਦ ਨੂੰ ਐਕਸਪਲੇਨ ਕਰੋ, ਵੀ ਨਸ਼ਾ ਛੱਡਣ ਤੋਂ ਬਾਅਦ ਜਿਹੜੀ ਤੋੜ ਲੱਗਦੀ ਹੈ ਉਹ ਚੀਜ਼ ਕੀ ਚੀਜ਼ ਹੁੰਦੀ ਹੈ? ਦੇਖੋ ਤੋੜ ਲੱਗਦੀ ਹੈ ਜੀ, ਲੱਤਾਂ ਬਾਹਾਂ ਟੁੱਟਦੀਆਂ, ਬੰਦੇ ਦਾ ਐਵੇਂ ਜੀ ਕਰਦਾ ਵੀ ਜਿਵੇਂ ਕੋਈ ਹੈ ਨਾ ਆਪਾਂ ਨੂੰ ਭੈਣ ਭਰਾ ਆ ਵੀ ਬੁਲਾਉਂਦਾ, ਜਾਂ ਯਾਰ ਆਪਣੇ ਬੱਚੇ ਬੁਲਾਉਂਦੇ ਆ, ਵੀ ਸਾਡਾ ਉਹ ਵੀ ਨਾ ਬੁਲਾਉਣੇ ਯਾਰ ਆਪਾਂ, ਹੈ ਨਾ, ਵੀ ਉਹਨਾਂ ਤੋਂ ਵੀ ਦੂਰ ਹੋ ਜਾਈਏ, ਵੀ ਜਾਂ ਸਪਰੇ ਪੀ ਲਈਏ ਜਾਂ ਕੁਛ ਖਾ ਪੀ ਲਈਏ ਯਾਰ, ਮਰ ਜਾਈਏ, ਹੈ ਨਾ, ਇਸ ਤਰ੍ਹਾਂ ਦਾ ਹੁੰਦਾ, ਲੱਤਾਂ ਬਾਹਾਂ ਟੁੱਟਦੀਆਂ, ਰਾਤ ਨੂੰ ਨੀਂਦ ਨਹੀਂ ਆਉਂਦੀ, ਠੀਕ ਹੈ, ਵੀ ਕਹਿੰਦਾ ਆਪਾਂ ਬਹੁਤ ਬੁਰਾ ਹਾਲ ਹੋ ਜਾਂਦਾ ਸਰੀਰ ਦਾ, ਹੈ ਨਾ? ਹਾਂਜੀ, ਬਹੁਤ ਜ਼ਿਆਦਾ ਜੀ, ਮਹੀਨਾ ਤਾਂ ਕੁਛ ਨਹੀਂ ਹੋਇਆ ਸੀ ਜੀ, ਇਸ ਤਰ੍ਹਾਂ ਦਾ ਕੁਛ ਨਹੀਂ ਹੋਇਆ, 5 ਦਿਨ ਪਹਿਲੇ 5 ਦਿਨ ਸੀ ਜਦੋਂ ਮੈਨੂੰ ਤੋੜ ਲੱਗੀ ਪੂਰੀ, ਮੈਂ ਲੱਤਾਂ ਬਾਹਾਂ ਬੰਨ ਲੈਂਦਾ ਸੀ ਆਪਣੀਆਂ, ਦੋ ਤਿੰਨ ਥਾਵਾਂ ਤੋਂ ਲੱਤਾਂ ਬੰਨਣੀਆਂ ਜਾਂ ਬਾਹਾਂ ਬੰਨਣੀਆਂ, ਤੇ ਛੱਡੇ, ਹਾਂਜੀ, ਪੂਰੇ ਚੁੰਨੀ ਨਾਲ ਕੱਸ ਕੇ ਜਿਵੇਂ ਆਪਾਂ ਸਾਫਾ ਲਾ ਲਈਏ, ਜਦੋਂ ਉਸ ਟਾਈਮ 'ਚ ਸਾਫੇ ਸਾਫੇ ਤਾਂ ਹੁੰਦੇ ਨਹੀਂ ਸੀ, ਕਿਉਂਕਿ ਹੈ ਨਾ ਵੀ ਆਪਾਂ ਕਿਹੜਾ ਵੀ ਸਾਫਾ ਬੰਨਦੇ ਸੀਗੇ, ਮੋਨੇ ਹੁੰਦੇ ਸੀ, ਤੁਸੀਂ ਦੇਖ ਲਿਆ, ਅਤੇ ਮੈਂ ਘਰਦਿਆਂ ਦੀ ਚੁੰਨੀਆਂ ਆਉਂਦੀਆਂ ਜਾਂ ਬੇਟੀ ਦੀ ਚੁੰਨੀ ਹੁੰਦੀ ਉਹਦੇ ਨਾਲ ਬੰਨ ਲੈਣੀਆਂ ਲੱਤਾਂ ਬਾਹਾਂ ਬੰਨ ਕੇ, ਅਤੇ ਪੈ ਜਾਣਾ ਰਾਤ ਨੂੰ, ਮੈਨੂੰ ਇੰਨਾ ਕੁ ਹੁੰਦਾ ਸੀ ਵੀ ਜੇ ਮੈਂ ਹੈ ਨਾ ਇਹਨਾਂ ਨੂੰ ਉਠਾਇਆ, ਬੱਚਿਆਂ ਨੂੰ, ਮੇਰੇ ਇੱਕ ਗੁੜੀਆ ਉਹਨੂੰ ਉਠਾਇਆ ਜਾਂ ਬੇਟੇ ਨੂੰ ਉਠਾਇਆ, ਵੀ ਉਹਨਾਂ ਨੂੰ ਵੀ ਹੈ ਨਾ ਤੰਗੀ ਆਊਗੀ, ਪਰ ਮੈਂ ਫਿਰ ਵੀ ਆਪਦਾ ਕੰਟਰੋਲ ਕਰਦਾ ਸੀਗਾ, ਅਤੇ ਪਹਿਲੇ 5 ਦਿਨ ਤਾਂ ਮੈਨੂੰ ਐਵੇਂ ਸੀ ਵੀ ਯਾਰ ਮੈਂ ਮਰੂੰਗਾ, ਫਿਰ ਉਸ ਤੋਂ ਬਾਅਦ 1.5 ਮਹੀਨਾ ਹੋਇਆ, ਮਹੀਨਾ ਡੇਢ ਮਹੀਨਾ ਹੋਇਆ, ਜਾਂ ਮੈਨੂੰ ਇੱਕ ਦਿਨ ਕੀ ਮੇਰੇ ਪਿੰਡ ਮੇਰੀ ਭੈਣ ਦਾ ਵਿਆਹ ਸੀਗਾ ਗਵਾਂਢ ਮੈਂ, ਠੀਕ ਹੈ, ਹਾਂਜੀ, ਉਦੋਂ ਮੈਨੂੰ ਕੀ ਹੋਇਆ ਨਾ, ਮੈਂ ਵੀ ਤੁਹਾਡੇ ਕੋਲ ਗੱਲ ਕਰਦਾ ਜੀ, ਮੈਂ ਸਹੀ ਜੋ ਦਿਲ 'ਚ ਮੇਰੇ ਉਹੀ ਮੈਂ ਕਹੂੰਗਾ, ਵੀ ਆਪਾਂ ਫਾਲਤੂ ਤਾਂ ਬੋਲਣ ਵਾਲੇ ਬੰਦੇ ਨਹੀਂ, ਵੀ ਮੈਂ ਆਪਣੀ ਜਿਹੜੀ ਅਸਰ ਗੋਲੀ ਹੁੰਦੀ ਹੈ ਮੈਨੂੰ ਉਸ ਨੇ ਉਹ ਖਵਾਤੀ, ਮੈਂ ਖਾ ਲਈ ਜੀ, ਉਹਨੇ ਯਕਦਮ ਕੀ ਮੇਰਾ ਬਲੱਡ ਵਧਾ ਤਾ, ਮੈਨੂੰ ਦੌਰਾ ਵੀ ਪੈ ਗਿਆ ਜੀ, ਉਸ ਤੋਂ ਬਾਅਦ ਦੌਰਾ ਪੈਣ ਤੋਂ ਬਾਅਦ ਮੇਰਾ ਨਾ ਬਹੁਤ ਮਾੜਾ ਹਾਲ ਹੋਇਆ। ਅੱਛਾ, ਹਾਂਜੀ, ਇੱਕਦਮ ਹੀ ਤੁਹਾਡੇ ਮਨ ਦੇ ਵਿੱਚ ਖਿਆਲ ਆਇਆ ਅੰਮ੍ਰਿਤ ਛਕਣ ਦਾ, ਗੁਰੂ ਵਾਲੇ ਬਣਨ ਦਾ, ਤਾਂ ਇਹ ਕਿੱਦਾਂ ਮਤਲਬ ਕਿ ਕਿਸੇ ਤੋਂ ਮੋਟੀਵੇਟ ਹੋਏ ਤੁਸੀਂ ਜਾਂ ਕਿਸੇ ਨੇ ਆਖਿਆ ਤੁਹਾਨੂੰ, ਕਿ ਆਪਣੇ ਮਨ ਦੇ ਵਿੱਚ ਕੀ ਫੁਰਨਾ ਫੁਰਿਆ ਤੁਹਾਡੇ ਦਿਮਾਗ? ਦੇਖੋ ਜੀ, ਭਾਈ ਅੰਮ੍ਰਿਤਪਾਲ ਸਿੰਘ ਜੀ ਜਦੋਂ ਆਏ ਆਏ ਸੀਗੇ ਜੀ, ਉਸ ਟਾਈਮ ਦੀ ਗੱਲ ਆ ਜੀ, ਅਤੇ ਮੈਂ ਇੱਕ ਆਪਣੇ ਸੁਖਜੋਲ ਵੀਰਾ ਜਿਹੜੇ
ਵੀਡੀਓ ਬਣਾਉਂਦੇ ਆ, ਠੀਕ ਹੈ, ਉਹਨਾਂ ਦੀ ਵੀਡੀਓ ਦੇਖੀ ਸੀ, ਉਹਨਾਂ ਦੀ ਇੰਟਰਵਿਊ ਸੁਣੀ, ਦੇਖੋ ਮੈਂ ਉਹਦੀ ਇੰਟਰਵਿਊ ਸੁਣ ਕੇ ਦੇਖਿਆ, ਮੈਂ ਕਿਹਾ ਯਾਰ ਵੀ ਜੇ ਯਾਰ ਇਹ ਨਹੀਂ ਨਾ ਬੰਦਾ ਮਰਦਾ ਤੇ ਮਰਦਾ ਤੂੰ ਵੀ ਨੀ, ਹਨਾ ਵੀ ਤੇਰਾ ਤਾਂ ਕੁਛ ਵੀ ਨੀਗਾ, ਤੇ ਏਦੂ ਵੱਡੇ ਵੱਡੇ ਨਸ਼ੇੜੀ ਸੱਦੀ ਜਾਂਦੇ ਹਨਾ, ਤੇ ਯਾਰ ਤੂੰ ਛੱਡ ਦੇ ਹਨਾ, ਵੀ ਕੱਲ ਨੂੰ ਅੱਜ ਤਾਂ ਤੇਰੇ ਬੇਟਾ ਬੇਟੀ ਛੋਟੇ ਆ, ਕੱਲ ਨੂੰ ਇਹਨਾਂ ਨੇ ਵੱਡੇ ਹੋਣਾ ਯਾਰ, ਇਹਨਾਂ ਦੀ ਜ਼ਿੰਦਗੀ ਨਾ ਬਣਾਏਗਾ ਹਨਾ, ਵੀ ਫਾਇਦਾ ਨੀ ਕੋਈ ਇਹਨਾਂ ਚੀਜ਼ਾਂ ਦਾ। ਤੇ ਮੈਂ ਯਕਦਮ ਹੀ ਘਰੋਂ ਜਦੋਂ ਮੈਂ ਸ਼ਾਮ ਨੂੰ ਕਿਹਾ, ਮੈਂ ਕਿਹਾ ਵੀ ਮੈਂ ਅੰਮ੍ਰਿਤ ਛਕਣ ਜਾਣਾ ਆ ਕੱਲ ਨੂੰ, ਤੇ ਘਰੇ ਬਾਪੂ ਤੁਹਾਨੂੰ ਪਤਾ ਵੀ ਬਾਪੂ ਜਿਹੜੇ ਹੁੰਦੇ ਵੀ ਬਾਪੂ ਤਾਂ ਗਾਲੇ ਕਰਦੇ ਨੇ, ਤੇ ਉਹ ਕਹਿੰਦੇ ਵੀ ਤੁਸੀਂ ਰਹਿਣ, ਤੂੰ ਯਾਰ ਸਿਰੇ ਤਾਂ ਆਵਲੀ ਆ, ਕਹਿੰਦਾ ਯਾਰ ਛਿੱਤਰ ਨਾ ਖਾਲੀ, ਤੂੰ ਕਿਹੜੇ ਅੰਮ੍ਰਿਤ ਤੂੰ ਛਕਣੇ ਯਾਰ ਵੀਰੇ, ਹਨਾ। ਤੇ ਬਾਪੂ ਨੇ ਗਾਲਾਂ ਕੱਢੀਆਂ, ਮੈਂ ਫਿਰ ਵੀ ਮੈਂ ਕਹਿੰਦਾ ਪਾਵੇ ਕਿ ਜਦੋਂ ਘਰਦਿਆਂ ਨੂੰ ਪਤਾ ਲੱਗਿਆ ਵੀ ਅੱਜ ਸਾਡਾ ਮੁੰਡਾ ਅੰਮ੍ਰਿਤ ਛਕਣ ਚੱਲਿਆ, ਤੇ ਉਹਨਾਂ ਦੀ ਇਹ ਸ਼ਬਦਾਵਲੀ ਸੀ ਹਨਾ, ਹਾਂਜੀ, ਵੀ ਯਕੀਨ ਜਾਣੀ ਆਉਂਦਾ ਹੁੰਦਾ ਕਿਸੇ ਨੂੰ, ਹਾਂਜੀ, ਹਨਾ, ਵੀ ਯਕੀਨ ਜਾਣੀ ਆਉਂਦਾ ਹੁੰਦਾ ਕਿਸੇ ਨੂੰ, ਤਾਂ ਮੇਰੇ ਤੇ ਕਿਸੇ ਨੇ ਕੀਤੇ ਨਹੀਂ ਸੀ, ਠੀਕ ਹੈ, ਹਨਾ, ਵੀ ਅੰਮ੍ਰਿਤ ਛਕ ਲੂਗਾ ਯਾਰ, ਵੀ ਇਸ ਤਰ੍ਹਾਂ ਹੋ ਜੂਗਾ ਇਹ, ਠੀਕ ਹੈ। ਅੱਛਾ ਬ੍ਰਦਰ, ਜਿਹੜੇ ਮਤਲਬ ਕਿ ਮਤਲਬ ਥੋੜੇ ਕੇਸ ਆਏ ਸਿਰ ਤੇ ਹਨਾ, ਹਾਂਜੀ, ਤੇ ਜਿੰਨਾ ਵੀ ਮਤਲਬ ਦਾੜਾ ਪ੍ਰਕਾਸ਼ ਹੋਇਆ, ਮਤਲਬ ਕਿੰਨਾ ਕੁ ਟਾਈਮ ਹੋ ਗਿਆ ਇਹ? ਮੈਨੂੰ ਇਹ ਤਕਰੀਬਨ 1.5 ਸਾਲ ਹੋਇਆ ਆ ਅੰਮ੍ਰਿਤ ਛਕਣ ਕੀਤੇ, ਹਾਂਜੀ, ਤੇ ਮਸਾਂ 45 ਕਿਲੋ ਭਾਰ ਰਹਿ ਗਿਆ ਸੀਗਾ ਮੇਰਾ ਜੀ, 45 ਮਤਲਬ ਸ਼ੁਗਲ ਮੇਲਾ ਕਰਦੇ ਹੋ, ਹਾਂਜੀ, ਇਹਨੇ ਸ਼ੁਗਲ ਮੇਲੇ ਵਾਲੇ ਮੇਰੇ ਯਾਰ ਬੇਲੀ ਅੱਜ ਵੀ ਮੇਰੇ ਨਾਲ ਆ, ਪਰ ਉਹਨਾਂ ਨੇ ਕਦੇ ਆਪਾਂ ਨੂੰ ਇਹ ਨੀ ਕਿਹਾ ਵੀ ਯਾਰ ਆ ਜਾ ਤੂੰ ਸਾਡੇ ਨਾਲ ਬਹਿ ਜਾ ਯਾਰ ਜਾਂ ਕੁਛ ਖਾ ਲਾ ਪੀ ਲਾ, ਕਦੇ ਵੀ ਨੀ ਉਹਨਾਂ ਨੇ ਕਿਹਾ। ਕਹਿੰਦਾ ਪਾਵੋ ਤਾਂ ਆਪ ਇਸ ਦਲਦਲ ਚ ਫਸੇ ਹੋਏ ਆ, ਹੋ ਸਕਦਾ ਵੀ ਨਿਕਲਣਾ ਚਾਹੁੰਦੇ ਹੁਣ, ਪਰ ਡਰ ਦੇ ਨਾਲ ਨਿਕਲਦੇ ਹੁਣ ਵੀ ਪਤਾ ਨਹੀਂ ਕੀ ਹੋਊਗਾ ਯਾਰ। ਨਹੀਂ, ਬਹੁਤ ਮੇਰੇ ਕੁਛ ਕੁ ਯਾਰ ਬੇਲੀ ਏਦੇ ਆ ਵੀ ਜਿਹੜੇ ਨੇ ਛੱਡਤਾ ਹੈਗਾ, ਤੇ ਉਹਨਾਂ ਚ ਮੇਰਾ ਯਾਰ ਬੇਲੀ ਇੱਕ ਇਹੋ ਜਿਹਾ ਵੀ ਜਿਹੜਾ ਅੱਜ ਜਰਦੇ ਵਾਲੇ ਨੇ ਵੀ ਜਰਦਾ ਵੀ ਕਹਿਤਾ ਨਾ ਕਿਸੇ ਨੇ ਵੀ ਜਰਦਾ ਲਾ ਲਾ, ਉਹਦੇ ਤੋਂ ਵੀ ਨਫ਼ਰਤ ਕਰਦਾ, ਠੀਕ, ਹਾਂਜੀ, ਕਿ ਜਿਹੜਾ ਗਰੁੱਪ ਸੀਗਾ ਜਿਹੜਾ ਸਾਡਾ ਸਾਰਿਆਂ ਨੂੰ ਜ਼ਿਆਦਾ ਵਧੀਆ ਸੀਗਾ, ਜਿਹਦੇ ਨਾਲ ਬਹਿੰਦੇ ਉੱਠਦੇ ਸਾਰੇ ਦੇ ਸਾਰੇ ਹੀ ਦਲਦਲ ਚੋਂ ਕੁਛ ਤਾਂ ਨਿਕਲ ਆਏ, ਕੁਛ ਨਿਕਲਣਾ ਚਾਹੁੰਦੇ ਆ। ਇੱਕ ਬਾਈ ਜਦੋਂ ਬੰਦਾ ਨਸ਼ਾ ਕਰਦਾ ਹੁੰਦਾ ਹੈ ਤੇ ਆਪਣੇ ਹੁੰਦੇ ਹੀ ਆ ਗਲੀ ਗੁਆਂਢ, ਤਾਂ ਕਿੰਨੇ ਉਹਨੂੰ ਮਤਲਬ ਕਿ ਮਿਹਣੇ ਵੱਜਦੇ ਹੁੰਦੇ ਆ, ਕੋਈ ਮਤਲਬ ਪਿੰਡ ਵਾਲੇ ਲੰਘਦੇ ਟੱਪਦੇ ਜਾਂ ਕੋਈ ਨਸ਼ੇੜੀ ਕਹਿੰਦਾ ਹੈ, ਤੇ ਕਹਿੰਦਾ ਭਾਵ ਕੋਈ ਤਾਂ ਉਹ ਮਤਲਬ ਪੁਰਾਣੀ ਨਸ਼ੇ ਵਾਲੀ ਲਾਈਫ ਦੇ ਵਿੱਚ ਤੇ ਅੱਜ ਵਾਲੀ ਲਾਈਫ ਦੇ ਵਿੱਚ ਕੀ ਫਰਕ? ਬਹੁਤ ਜ਼ਿਆਦਾ ਜੀ। ਦੇਖੋ ਮੈਂ ਪਹਿਲਾਂ ਹੁੰਦਾ ਸੀਗਾ ਵੀ ਜਦੋਂ ਨਸ਼ਾ ਕਰਦਾ ਸੀਗਾ ਹਨਾ, ਤੇ ਮੈਨੂੰ ਉਹੀ ਮੇਰੇ ਪਿੰਡ ਦੀਆਂ ਭਾਬੀਆਂ ਯਾਰ ਚਾਚੀਆਂ ਤਾਈਆਂ ਜਿਹੜੀਆਂ ਹੀ ਹੁੰਦੀਆਂ ਤੁਹਾਨੂੰ ਪਤਾ ਹੀ ਹਨਾ, ਤੇ ਉਹੀ ਬੁੜੀਆਂ ਮੈਨੂੰ ਕਹਿੰਦੀਆਂ ਵੀ ਇੱਥੇ ਹੋਣਾ ਕਿੱਧਰ ਚੱਲਿਆ ਮਰ ਜਾਣਾ, ਤੇ ਜਦੋਂ ਮੈਂ ਅੰਮ੍ਰਿਤਪਾਨ ਕਰ ਲਿਆ ਤੇ ਮੈਨੂੰ ਕੁਛ ਟਾਈਮ ਬਾਅਦ ਮੈਂ ਬਾਹਰ ਨਿਕਲਿਆ ਕਰੋ ਹਨਾ, ਵੀ ਕੰਮ ਤੇ ਜਾ ਰਹੇ ਸੀ ਮੈਂ ਤੇ ਮੇਰਾ ਛੋਟਾ ਬ੍ਰਦਰ ਸੀ, ਤੇ ਉਹਨਾਂ ਨੇ ਉਹਨਾਂ ਦੀ ਵਰਡਿੰਗ ਸੀਗੀ ਨਿੰਗਾ ਕਿੱਧਰ ਚੱਲਿਆ ਕੰਮ ਤੇ, ਹੋਰ ਬਾਬਾ ਕਿਵੇਂ ਆ, ਮੈਂ ਕਿਹਾ ਹਾਂਜੀ ਠੀਕ ਆ, ਮੈਨੂੰ ਬੜਾ ਸਕੂਨ ਮਿਲਿਆ, ਮੈਂ ਕਿਹਾ ਯਾਰ ਸ਼ੁਕਰ ਆ ਯਾਰ ਤੂੰ ਨਸ਼ੇੜੀ ਤੋਂ ਹਨਾ, ਵੀ ਬਾਬਾ ਤੈਨੂੰ ਕਹਿਣ ਲੱਗੇ ਲੋਕੀ ਵੀ ਕਿੱਥੇ ਹਨਾ, ਹਲੇ ਕਹਿੰਦੇ ਸੀ ਵੀ ਉਹ ਹੋ ਜਾਂਦਾ ਨਸ਼ੇੜੀ, ਉਹ ਹੋ ਜਾਂਦਾ ਨਸ਼ੇੜੀ ਤੇ ਕਿੱਥੇ ਹਨਾ, ਨਹੀਂ ਮਤਲਬ ਬਹੁਤ ਵਧੀਆ ਬ੍ਰਦਰ, ਬਹੁਤ ਵਧੀਆ, ਆਪਾਂ ਸਾਰਿਆਂ ਨੂੰ ਇਹੀ ਮੋਟੀਵੇਟ ਕਰਨ ਦਾ ਆਪਣਾ ਜ਼ੋਰ ਆ ਹਨਾ, ਕਿ ਨਸ਼ੇ ਛੱਡੋ ਕੋੜ ਕੱਢੋ। ਕਹਿੰਦਾ ਭਾਵ ਇਹ ਆ ਵੀ ਇਹ ਜ਼ਿੰਦਗੀ ਮਿਲੀ ਆਪਾਂ ਨੂੰ ਹਨਾ, ਆਪਾਂ ਇਹਨੂੰ ਕਿਸੇ ਚੰਗੇ ਪਾਸੇ ਲਾਈਏ, ਕਿ ਕਾਰਨ ਕੀ ਹੁੰਦੇ ਆ ਵੀ ਮੰਨ ਲਓ ਮੈਂ ਹੁਣ ਮੰਨ ਲਓ ਕੋਈ ਨਸ਼ਾ ਨਹੀਂ ਕਰਦਾ, ਹਾਂਜੀ, ਮੰਨ ਲਓ ਰੱਬ ਨਾ ਕਰੇ ਮੈਂ ਨਸ਼ੇ ਤੇ ਲੱਗ ਗਿਆ, ਤੇ ਕਿਹੜੇ ਕਿਹੜੇ ਕਾਰਨ ਹੋ ਸਕਦੇ ਆ? ਕਾਰਨ ਸਭ ਤੋਂ ਵੱਡਾ ਤੁਹਾਡੀ ਮਹਿਫਲ ਆ ਜੀ, ਠੀਕ, ਜੇ ਤੁਸੀਂ ਮਹਿਫਲ ਦੇ ਵਿੱਚ ਬਹਿੰਦੇ ਹੋ ਤੁਹਾਡੇ ਯਾਰ ਬੇਲੀ ਤੁਹਾਨੂੰ ਕੁਛ ਦਿਨ ਕਹਿਣਗੇ ਵੀ ਯਾਰ ਜੇ ਤੁਸੀਂ ਹੁਣ ਜਿਮ ਵਾਲੇ ਕੋਲੇ ਬੈਠੋਗੇ ਤਾਂ ਤੁਹਾਨੂੰ ਉਹ ਜਿਮ ਦੀਆਂ ਗੱਲਾਂ ਸੁਣਾਈ ਜਾਊਗਾ, ਜੇ ਤੁਸੀਂ ਵੈਸੀ ਸੰਗਤ, ਹਾਂ, ਤੇ ਉਸ ਤੱਕ ਹੀ ਹੁੰਦਾ ਜੀ ਜਦੋਂ ਮਹਿਫਲ ਜਿਵੇਂ ਜਿਹਦੇ ਮਹਿਫਲ ਦੇ ਵਿੱਚ ਰਹਿੰਦੇ ਹੋ ਤੁਹਾਡਾ ਉਹ ਜਿਹਾ ਕੰਮ ਹੋ ਜਾਊਗਾ ਜੀ, ਹਨਾ। ਤੇ ਇਹ ਮਹਿਫਲ ਹੀ ਸਾਰਿਆਂ ਨੂੰ ਜ਼ਿਆਦਾ ਸਭ ਤੋਂ ਵੱਡਾ ਮੈਟਰ ਮਹਿਫਲ ਕਰਦੀ ਹੈ, ਮਹਿਫਲ ਕਰਦੀ ਹੈ, ਮੁੱਖ ਦੀ ਗੱਲ ਉੱਥੇ ਆ ਜਾਂਦੀ ਹੈ ਵੀ ਜਿਵੇਂ ਕੋਈ ਧੱਕੇ ਨਾਲ ਕੋਈ ਵੀ ਚੀਜ਼ ਮੂੰਹ ਚ ਨਹੀਂ ਪੈਂਦੀ, ਮੂੰਹ ਚ ਨਹੀਂ ਪੈਂਦੀ, ਕੋਈ ਧੱਕੇ ਨਾਲ ਪਾ ਵੀ ਦਿੰਦੇ ਹੁੰਦੇ ਪਹਿਲਾਂ ਵੀ? ਨਹੀਂ, ਐਵੇਂ ਨਹੀਂ ਹੁੰਦਾ ਜੀ। ਦੇਖੋ ਧੱਕੇ ਨਾਲ ਮੂੰਹ ਚ ਪਾਉਣ ਵਾਲਾ ਤਾਂ ਮੈਂ
ਮੇਰਾ ਮਨ ਨਹੀਂ ਕਰਦਾ, ਹਾਂਜੀ ਮੇਰਾ ਮਨ ਨਹੀਂ ਕਰਦਾ ਤੇ ਤੁਸੀਂ ਮੇਰੇ ਮੂੰਹ ਚ ਕਿੱਦਾਂ ਚੀਜ਼ ਪਾ ਦੋਗੇ ਜੀ? ਇਹ ਵੀ ਗੱਲ ਸਹੀ ਹੈ ਨਾ, ਵੀ ਜਦੋਂ ਜਿਹੜੇ ਬੰਦੇ ਦਾ ਯਾਰ ਜੀ ਕਰਦਾ ਤਾਂ ਉਹਦਾ ਖਾਊ ਪੀਊਗਾ ਜੀ, ਉਹਨਾਂ ਦੀ ਚੁੱਕ ਚਾ ਕੇ ਕੋਈ ਐਕਸ਼ਨ ਲੈ ਲਿਆ ਉਹ ਗੱਲ ਵੱਖਰੀ ਆ, ਵੱਖਰੀ ਆ। ਪਰ ਜੇ ਆਪਾਂ ਇਹ ਗੱਲ ਕਹਿ ਦਈਏ ਵੀ ਕੋਈ ਧੱਕੇ ਨਾਲ ਕਿਸੇ ਦੇ ਮੂੰਹ ਚ ਨਸ਼ਾ ਪਾ ਦਿੰਦਾ, ਇਹ ਗੱਲ ਗਲਤ ਆ? ਇਹ ਗਲਤ ਆ ਜੀ। ਅੱਜ ਲੋਕੀ ਕਹਿ ਦਿੰਦੇ ਵੀ ਲੈ, ਸਾਡੇ ਪਿੰਡਾਂ ਦੀਆਂ ਗੱਲ ਲਈ ਆ ਜੀ, ਸਾਡੇ ਪਿੰਡਾਂ 'ਚ ਇਹ ਹੁੰਦਾ ਵੀ ਬੁੜੀਆਂ ਕਹਿੰਦੀਆਂ ਲੈ ਫਲਾਣੇ ਦੇ ਪੁੱਤ ਮਰ ਜਾਣਾ, ਉਹਨੇ ਸਾਡੇ ਮੁੰਡੇ ਨੂੰ ਨਸ਼ੇ 'ਤੇ ਲਾਤਾ, ਨਸ਼ੇ 'ਤੇ ਲਾਤਾ, ਅਤੇ ਲੈ ਫਲਾਣਾ ਮਰ ਜੇ ਉਹ ਤਾਂ ਥਾਂ ਹੀ ਰਹਿ ਜੇ, ਦੱਸ ਤੁਹਾਡਾ ਉਹ ਤਾਂ ਥਾਂ ਹੀ ਰਹਿ ਜੇ ਅਤੇ ਤੁਹਾਡਾ ਨਾ ਥਾਂ ਰਹੇ, ਉਹਨੂੰ ਵੀ ਤੁਸੀਂ ਰੋਕੋ, ਆਪਦੇ ਬੱਚੇ ਨੂੰ ਅਸੀਂ ਰੋਕਦੇ ਹਾਂ ਤਾਂ ਰੁਕੂਗਾ, ਹੈ ਨਾ। ਜੇ ਤੁਸੀਂ ਮੇਨ ਮੁੱਦਾ ਇਹ ਆ ਵੀ ਮਾਂ ਪਿਓ 'ਤੇ ਡਿਪੈਂਡ ਕਰਦਾ, ਜੇ ਵਜਾ ਮਾਂ ਪਿਓ ਹੁੰਦਾ, ਜੇ ਤੁਹਾਡੇ ਘਰੇ ਦਾਰੂ ਚੱਲਦੀ ਹੈ ਨਾ ਤਾਂ ਤੁਹਾਡੇ ਦਾਰੂ ਚੱਲੂਗੀ ਜੀ, ਗਾਂ ਬੱਚੇ ਵੀ ਹੋਵੇ ਸਿੱਖਿਆ ਲੈਣਗੇ, ਜੇ ਤੁਸੀਂ ਦਰਬਾਰ ਸਾਹਿਬ ਨੂੰ ਮੰਨਦੇ ਆ ਤਾਂ ਤੁਹਾਡੇ ਬੱਚੇ ਦਰਬਾਰ ਸਾਹਿਬ ਨੂੰ ਮੰਨਣਗੇ, ਜੇ ਤੁਸੀਂ ਹੋਰ ਕਿਸੇ ਵੀ ਸੰਗਤਾਂ ਨੂੰ ਜਾਂ ਮਤਲਬ ਵੀ ਕਿਸੇ ਨੂੰ ਵੀ ਮੰਨਦੇ ਹੋ ਉਸ ਨੂੰ ਮੰਨਣਗੇ, ਹੈ ਨਾ। ਧਰਮ ਨੂੰ ਕਿਸੇ ਵੀ ਧਰਮ 'ਚ ਲਾ ਲਓ, ਹੈ ਨਾ, ਹਾਂਜੀ, ਜੇ ਹਿੰਦੂ ਧਰਮ 'ਚ ਲਾ ਲਓ, ਸਿੱਖ ਧਰਮ 'ਚ ਲਾ ਲਓ, ਈਸਾਈ ਧਰਮ 'ਚ ਲਾ ਲਓ, ਉੱਦਾਂ ਹੀ ਹੋਊਗਾ ਨਾ ਤੁਹਾਡੇ ਘਰੇ। ਹੁਣ ਜਿਹੜੇ ਅੱਜ ਮਤਲਬ ਬਹੁਤ ਸਾਰੇ ਵੀਰ ਭਰਾ ਆਪਣੇ ਆਪਣੀ ਵੀਡੀਓ ਵੇਖ ਰਹੇ ਹੋਣਗੇ, ਹਾਂਜੀ, ਵੀ ਜਿਹੜੇ ਨਸ਼ਾ ਛੱਡਣ ਦਾ ਚਾਹੁੰਦੇ ਪਰ ਡਰਦੇ ਆ, ਅਤੇ ਉਹਨਾਂ ਵਾਸਤੇ ਤੁਸੀਂ ਕੀ ਕੋਈ ਮਤਲਬ ਸੁਝਾਅ ਕੋਈ ਜਣਾਂ ਨੂੰ ਗੱਲ ਜਾਂ ਉਹਨਾਂ ਦਾ ਕੋਈ ਅਜਿਹੀ ਗੱਲ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਨਾਲ ਉਹਨਾਂ ਦਾ ਡਰ ਨਿਕਲ ਜੇ ਵੀ ਨਸ਼ਾ ਛੱਡਣ ਵਾਲਾ? ਦੇਖੋ ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਪਹਿਲਾ ਨੰਬਰ ਤਾਂ ਇਹ ਵੇਖੋ ਵੀ ਦੁਨੀਆਂ 'ਤੇ ਕਿਹੋ ਜਿਹੇ ਬੰਦੇ ਵੀ ਜਿਹੜੇ ਯਾਰ ਸਾਰਿਆਂ ਨੂੰ ਜ਼ਿਆਦਾ ਨਸ਼ਾ ਕਰਦੇ ਸੀਗੇ, ਹੈ ਨਾ। ਵੀਡੀਓ ਦੇਖੋਗੇ ਯੂਟਿਊਬ 'ਤੇ, ਫੇਸਬੁੱਕ 'ਤੇ ਵੇਖੋਗੇ ਜਾਂ ਤੁਸੀਂ ਹੋਰ ਕਿਤੇ ਵੇਖੋਗੇ ਵੀ ਨਸ਼ੇੜੀ ਬਹੁਤ ਸਿਰੇ ਤੋਂ ਸਿਰੇ ਪਏ ਆ ਜਿਹੜਿਆਂ ਨੇ ਛੱਡੇ ਆ ਕਿ ਜਿਹਨਾਂ ਦਾ ਜਮਾਂ ਐਂਡ ਸੀਗਾ। ਹੁਣ ਮੈਂ ਕਹਿੰਦਾ ਖੁਦ ਵੀ ਯਾਰ ਮੈਂ ਜਦੋਂ ਵੀ ਆਪਾਂ ਹੈ ਨਾ ਛੱਡਦੇ ਕੁਛ ਨਹੀਂ ਸੀ, ਜੇ ਮੈਂ ਨਹੀਂ ਨਾ ਮਰਿਆ ਤਾਂ ਮਰਦਾ ਉਹ ਬੰਦਾ ਵੀ ਨਹੀਂ ਜਿਹੜਾ ਛੱਡੂਗਾ, ਮਰਦਾ ਮਰਦਾ ਤਾਂ ਕੁਛ ਵੀ ਨਹੀਂ ਬੰਦਾ ਸੋਚ ਲਿਆ ਸੀ ਵੀ ਜੇ ਮਰ ਵੀ ਜਾਊਗਾ ਤੇ ਮੇਰੇ ਮਨ ਚ ਐ ਤਾਂ ਹੋਊਗੀ ਵੀ ਚਲੋ ਮਤਲਬ ਗੁਰੂ ਵਾਲਾ ਹੋ ਕੇ ਮਰਿਆ, ਤਾਂ ਦੇਖੋ ਕਿ ਕਿੱਡੀ ਵੱਡੀ ਆਪਦੇ ਆਪ ਨੂੰ ਸਮਝਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ ਨਾ। ਖੁਬਰੇ ਮੇਰੇ ਹੈ ਨਾ, ਮੇਰੇ ਡੈਡੀ ਮੈਨੂੰ ਕਹਿੰਦੇ ਅਤੇ ਮੇਰੇ ਉੱਧਰੋਂ ਮੇਰੀ ਵਾਈਫ ਕਹਿੰਦੇ ਵੀ ਹੈ ਨਾ, ਮੇਰੇ ਸੱਸ ਸਹੁਰੇ ਨੇ ਵੀ ਇਹ ਗੱਲ ਕਹੀ ਵੀ ਤੂੰ ਸੁਚੀਸ ਵੀ ਹੈ ਨਾ, ਮਤਲਬ ਵੀ ਇਹ ਨਸ਼ਾ ਨਾ ਛੱਡ, ਮਤਲਬ ਤੂੰ ਯਾਰ ਜੇ ਇੱਕਦਮ ਛੱਡਿਆ ਤਾਂ ਮਰ ਜਾਏਗਾ। ਮੈਂ ਕਿਹਾ ਦੇਖੋ ਮੈਂ ਜੇ ਮਰ ਵੀ ਗਿਆ ਤਾਂ ਵੀ ਕੋਈ ਚੱਕਰ ਨਹੀਂ, ਮੈਂ ਉਂਝ ਵੀ ਮਰੀ ਜਾਣਾ। ਜੇ ਮੈਂ ਗੁਰੂ ਵਾਲਾ ਹੋ ਕੇ ਮਰ ਗਿਆ, ਅੰਮ੍ਰਿਤਪਾਨ ਕਰਕੇ ਮਰ ਗਿਆ, ਤਾਂ ਚਲੋ ਐਂ ਤਾਂ ਕਹਿਣਗੇ ਯਾਰ ਵੀ ਨਿਹੰਗ ਮਰ ਗਿਆ ਹੈ ਨਾ, ਜਾਂ ਖਾਲਸਾ ਮਰ ਗਿਆ ਹੈ ਨਾ। ਅਤੇ ਅੱਜ ਮੈਨੂੰ ਕੀ ਕਹਿਣਾ, ਅੱਜ ਮੈਨੂੰ ਕਹਿਣਗੇ ਔਰ ਚੱਲ ਚੰਗਾ ਹੋ ਗਿਆ ਯਾਰ, ਉਹਨਾਂ ਨੇ ਮਰਨਾ ਹੀ ਸੀ, ਅੱਜ ਵੀ ਮਰਨਾ, ਕੱਲ੍ਹ ਵੀ ਮਰਨਾ ਸੀ, ਅਸਲ ਟੀਕੇ ਲਾਉਂਦਾ ਸੀ, ਨਸ਼ੇ ਕਰਦਾ ਸੀ ਹੈ ਨਾ, ਅਤੇ ਉਹਨੇ ਤਾਂ ਮਰਨਾ ਹੀ ਮਰਨਾ ਸੀ। ਇਹ ਵੀ ਗੱਲ ਕਹਿਣਾ ਚਾਹੁੰਦਾ ਵੀ ਦੇਖੋ ਹੈ ਨਾ, ਵੀ ਜਿਹੜੀ ਖੇਤੀ ਫੇਮ ਪੋਸਤ ਜੀ ਆ, ਜੇ ਉਹ ਨੈਚੁਰਲ ਚੀਜ਼ ਸੀਗੀ, ਠੀਕ ਆ, ਅੱਜ ਤੋਂ ਪਹਿਲਾਂ ਕਿਹੜੇ ਚਿੱਟੇ ਸੀ ਅਤੇ ਕਿਹੜੇ ਹੈ ਨਾ ਵੀ ਆ ਕੈਪਸੂਲ ਸੀ ਜਾਂ ਕਿਹੜਾ ਕੁਛ ਸੀਗਾ, ਵੀ ਜਦੋਂ ਹੈ ਨਾ ਵੀ ਜਦੋਂ ਬੰਦੇ ਪਹਿਲੇ ਬਜ਼ੁਰਗ ਸੀ ਉਹ ਕੀ ਕਰਦੇ ਸੀ, ਪੋਸਤ ਪੀਂਦੇ ਸੀਗੇ ਵਾਲ ਕੇ, ਉਹਨਾਂ ਨੇ ਪੋਸਤ ਪੀ ਲਿਆ ਕਿੱਲਾ ਕਿੱਲਾ ਹੈ ਨਾ ਕਣਕ ਦਾ ਵੱਢ ਦੇਣਾ, ਜਾਂ ਇੰਨਾ ਖਾਸ ਵਾਰ ਕੇ ਆਉਣੇ ਉਹਨਾਂ ਨੇ ਪਰੇ ਪਰੇ ਸਵਾਰਨੇ, ਅਤੇ ਜਾਂ ਬਹੁਤ ਕੰਮ ਕਰਦੇ ਸੀ ਹੈ ਨਾ, ਵੀ ਆਪਣੇ ਉਹ ਵੀ ਆਪਣੇ ਬਜ਼ੁਰਗ ਸੀ। ਮੈਂ ਦਵਾਈ ਤੌਰ ਤੇ ਵੇਖਦਾ ਜੀ, ਜੇ ਆਪਾਂ ਹਨਾ ਵੀ ਦਵਾਈ ਤੌਰ ਤੇ ਖਾਈਏ ਉਹਨੂੰ ਤੇ ਉਹ ਤਾਂ ਆਪਣੇ ਲਈ ਬਹੁਤ ਲਾਭਦਾਇਕ ਆ। ਵੀ ਉਹਦਾ ਦੱਸੋ ਵੀ ਤੁਸੀਂ ਕਦੇ ਕੋਈ ਫੀਮ ਨਾ ਬੰਦਾ ਮਰਿਆ ਜਾਂ ਸੁਣਿਆ ਕਦੇ, ਜਾਂ ਕੋਈ ਪੋਸਤ ਖਾ ਕੇ ਮਰ ਗਿਆ ਯਾਰ, ਵੀ ਫਲਾਣੇ ਥਾਂ ਬੰਦੇ ਨੂੰ ਦੌਰਾ ਪੈ ਗਿਆ ਜੀ ਉਹ ਪੋਸਤ ਖਾ ਗਿਆ ਉਹ ਮਰ ਗਿਆ, ਤੇ ਹੁਣ ਜੀ ਚਿੱਟੇ ਦਾ ਤੁਸੀਂ ਆਖੋ ਚਿੱਟੇ ਦੇ ਤਾਂ ਆਏ ਦੇਣੀ ਹੁੰਦੇ ਹਨਾ, ਆਏ ਦੇਣੀ ਹੁੰਦੀ ਆ, ਭਿਆਉਂਦਾ ਤਾਂ ਕੋਈ ਕਿਤੇ ਡਿੱਗਿਆ ਪਿਆ, ਤੇ ਪੋਸਤ ਖਾ ਕੇ ਜੇ ਕੋਈ ਕਿਤੇ ਡਿੱਗਿਆ ਤਾਂ ਮੈਨੂੰ ਕੋਈ ਬੰਦਾ ਕਹਿ ਦੇ ਵੀ ਹਾਂ ਯਾਰ ਪੋਸਤ ਖਾ ਕੇ ਬੰਦਾ ਫਲਾਣੇ ਥਾਂ ਡਿੱਗ ਪਿਆ, ਜਿਹੜਾ ਬੰਦਾ ਮੰਨ ਲਓ ਚਿੱਟਾ ਲਾ ਲੈਂਦਾ, ਹਾਂਜੀ ਉਹ ਆਮ ਜੀ ਗੱਲ ਹੈ ਕਿ ਮੰਨ ਲਓ ਫੀਮ ਤਾਂ ਫਿਰ ਖਾਂਦਾ ਹੀ ਖਾਂਦਾ, ਮੈਂ ਖਾ ਸਕਦਾ ਵੀ ਹੋਊਗਾ ਤੇ ਖਾ ਲੈਂਦਾ ਵੀ ਹੋਊਗਾ, ਖਾ ਲੈਂਦੇ ਤਾਂ ਉਹ ਮਤਲਬ ਚਿੱਟਾ ਛੱਡ ਕੇ ਇਕੱਲੀ ਫੀਮ ਪੋਸਤ ਤੇ ਆਉਣਾ ਉਹ
ਉਹ ਚੀਜ਼ ਦੀ ਮਤਲਬ ਤੋੜ ਨਾ ਲੱਗੂਗੀ ਉਸ ਚੀਜ਼ ਨੂੰ? ਨਹੀਂ, ਉਹ ਚੀਜ਼ ਦੀ ਤੋੜ ਨਹੀਂ ਲੱਗਦੀ ਜੀ, ਐਸ ਤਾਂ ਨਹੀਂ ਹੁੰਦਾ ਵੀ ਜਿਹੜਾ ਹਨਾ ਵੀ ਆਪਣੇ ਇੱਕ ਕਮੀ ਆ, ਇੱਕ ਆਪਣੇ ਦਿਲ ਚ ਕੀ ਡਰ ਆ, ਮਨ ਚ ਬੰਦੇ ਦੇ ਡਰ ਹੁੰਦਾ ਵੀ ਯਾਰ ਮੈਂ ਨਸ਼ਾ ਛੱਡਤਾ ਯਾਰ ਮੈਂ ਮਰ ਜੂੰਗਾ, ਤੇ ਉਹੀ ਇੱਕ ਉਹਦੇ ਮਨ ਨੂੰ ਠਹਿਰ ਜੀ ਬਣ ਜੂਗੀ ਵੀ ਯਾਰ ਮੈਨੂੰ ਚੱਲ ਮੈਂ ਇੱਧਰ ਲੱਗ ਗਿਆ, ਇੱਕ ਮਨ ਸਮਝਾਉਣਾ, ਇੱਕ ਉਹ ਜਦੋਂ ਉਹ ਚੀਜ਼ ਖਾਊਗਾ ਚਲੋ ਉਹਦੀ ਉਹ ਘਾਟ ਪੂਰੀ ਹੁੰਦੀ ਰਹੂਗੀ, ਖੂਨ ਦਾ ਸਰਕਲ ਹੀ ਆ, ਇਹ ਖੂਨ ਦਾ ਸਰਕਲ ਹੀ ਚਲਾਉਣਾ ਹਨਾ, ਵੀ ਉਹ ਚਲੋ ਫੇਮ ਪੋਸਟ ਖਾਊਗਾ ਚਲੋ ਯਾਰ ਜੋ ਕੰਮ ਕਰੂਗਾ ਆਪਦੇ ਧੀਆਂ ਪੁੱਤਾਂ ਨੂੰ ਤਾਂ ਨਾ ਦੁੱਖ ਦੇਊਗਾ, ਜੇ ਫੇਮ ਪੋਸਟ ਬੀਜਣ ਲੱਗ ਪੈਣ ਜਾਂ ਮਲਾਣ ਵੀ ਆਪਾਂ ਕਹਿ ਦਿੰਦੇ ਵੀ ਯਾਰ ਸਰਕਾਰ ਮਨਜ਼ੂਰੀ ਦੇ ਦੇਵੇ, ਜੇ ਇਹੀ ਸਰਕਾਰ ਮਨਜ਼ੂਰੀ ਦੇਵੇ ਫੇਮ ਪੋਸਟ ਦੀ ਖੇਤੀ ਦੀ ਤਾਂ ਅੱਜ ਮੈਂ ਕਹਿੰਦਾ ਵੀ ਪੰਜਾਬ 'ਚ ਬਹੁਤ ਜ਼ਿਆਦਾ ਨਸ਼ਾ ਕੱਢ ਜੂਗਾ, ਤੇ ਬਹੁਤ ਜ਼ਿਆਦਾ ਜਵਾਨ ਮੁੰਡੇ ਜਿਹੜੇ ਮਰੀ ਜਾਂਦੇ ਆ ਮਨ ਨੂੰ ਹਾਰ ਜਾਂਦੇ। ਕੋਈ ਸੂਬੇ ਅਜੇ ਧਿਆਨ 'ਚ ਹੈਗੇ ਤੁਹਾਡੇ ਜਿੱਥੇ ਇਸ ਚੀਜ਼ ਦੀ ਖੇਤੀ ਹੁੰਦੀ ਹੈ ਮਨ ਫੇਮ ਪੋਸਟ ਦੀ? ਕਿਤੇ ਜਿੱਥੇ ਦੇਖੋ ਜੀ ਫੇਮ ਪੋਸਟ ਦੀ ਹਨਾ, ਰਾਜਸਥਾਨ ਇੱਧਰ ਹੁੰਦੀ ਹੈ ਜੀ, ਹਾਂਜੀ ਉੱਧਰ ਹੁੰਦੀ ਬਹੁਤ ਘੱਟ ਹੈ ਜੀ, ਉੱਧਰ ਆ ਕੇ ਇੱਕ ਕੀ ਹੈ ਸਿਰਫ ਮੈਂ ਦੇਖਿਆ ਜੀ, ਮੈਂ ਰਾਜਸਥਾਨ ਵੀ ਗਿਆ, ਯੂਪੀ ਵੀ ਗਿਆ, ਉੱਥੇ ਵੀ ਮਤਲਬ MP ਵੀ ਗਿਆ, ਉੱਧਰ ਵੀ ਦੇਖਿਆ ਕਿ ਉੱਧਰਲੇ ਸਟੇਟਾਂ 'ਚ ਇਹ ਚੀਜ਼ਾਂ ਹੈ ਹੀ ਨਹੀਂ, ਚਿੱਟਾ ਚੁੱਟਾ ਚਿੱਟਾ ਚੁੱਟਾ ਕੁਛ ਨਹੀਂ, ਚਲੋ ਪੰਜਾਬ 'ਚ ਪੰਜਾਬ ਜਿੱਥੇ ਵੀ ਜਾਂਦੇ ਪੰਜਾਬੀ ਕਰਦੇ ਜੀ ਖਰਾਬ। ਅੱਛਾ, ਜਦੋਂ ਹਨਾ ਵੀ ਆਪਾਂ ਲੈ ਗਏ ਚੀਜ਼ ਤੇ ਉੱਧਰ ਜਾ ਕੇ ਦੂਜੇ ਨੂੰ ਵੀ ਲਾ ਤੀ, ਇਹ ਮਾੜੀ ਗੱਲ ਹੁੰਦਾ, ਮੇਨ ਬੰਦਾ ਹੁੰਦਾ ਹਨਾ ਆਪਣਾ ਪਿਓ ਆ, ਜੇ ਉਹੀ ਕਹਿ ਦੇ ਵੀ ਯਾਰ ਫਲਾਨੀ ਚੀਜ਼ ਘਰੇ ਨਹੀਂ ਵੜਨੀ ਚਾਹੀਦੀ, ਆਪਣੇ ਵੜ ਜੂਗੀ ਘਰੇ ਵੜੂਗੀ? ਹਾਂਜੀ, ਤੇ ਜੇ ਸੇਵਨ ਕਰਦਾ ਹੋਊ, ਹਾਂਜੀ ਚਿੱਟੇ ਦੇ ਚਿੱਟੇ ਦੀ ਗੱਲ ਆ ਜੀ, ਚਿੱਟਾ ਤਾਂ ਬਾਰਡਰ ਤੋਂ ਪਾਰ ਲੰਘ ਹੀ ਨਹੀਂ ਸਕਦਾ ਜਦੋਂ ਇੱਕ ਵਾਰੀ ਕਹਿ ਦਿੱਤਾ ਜਾਵੇ ਵੀ ਯਾਰ ਨਹੀਂ ਹਨਾ, ਕਿਵੇਂ ਲੰਘੂਗਾ? ਜਦੋਂ ਤੁਹਾਨੂੰ ਮੈਂ ਮੁੱਦੇ ਵਾਲੀ ਗੱਲ ਹੀ ਦੱਸੀ ਵੀ ਯਾਰ ਆਪਣੇ ਘਰ ਦਾ ਜੀ ਇੱਕ ਮੁਖੀ ਆ ਜਿਹੜਾ ਉਹ ਕਹਿ ਦੇ ਵੀ ਯਾਰ ਆਪਣੇ ਘਰੇ ਆਹ ਚੀਜ਼ ਵੜਨੀ ਨਹੀਂ ਚਾਹੀਦੀ ਤੇ ਵੜ ਨਹੀਂ ਸਕਦੀ, ਜੇ ਹੁਣ ਉਹੀ ਸਰਕਾਰਾਂ ਕਹਿਣ ਵੀ ਯਾਰ ਬਾਰਡਰ ਤੇ ਇੰਨਾ ਕੁ ਰੋਕਥਾਮ ਲਾ ਦੇਣ ਵੀ ਯਾਰ ਲੰਘ ਹੀ ਨਹੀਂ ਸਕਦਾ, ਉਹ ਚਿੱਟਾ ਆਊਗਾ ਕਿੱਥੋਂ ਚਿੱਟਾ? ਜੇ ਇਹਨਾਂ ਨੂੰ ਜਦੋਂ ਮੇਰੀ ਇੱਕ ਹੀ ਗੱਲ ਆਈ ਵੀਰੇ, ਮੈਂ ਕਹਿੰਦਾ ਵੀ ਸਰਕਾਰਾਂ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਬਲੌਂਗ ਕਰਦੀਆਂ ਵੀ ਯਾਰ ਅਸੀਂ ਨਸ਼ੇ ਦਾਰੂ ਵੇਚ ਗਏ ਚਿੱਟੇ ਵੇਚ ਗਏ, ਇਹ ਸਰਕਾਰਾਂ ਦਾ ਹੱਥ ਹੈ। ਲੱਖੇ ਵੀਰੇ ਦੀ ਪਰਸੋਂ ਜਿੱਥੇ ਵੀਡੀਓ ਵੇਖੀ ਜਾਂਦਾ ਸੀ ਉਹਨੂੰ ਕਹਿੰਦੇ ਵੀ ਲੱਖੇ ਨੂੰ ਕਹਿੰਦੇ ਵੀ ਲੱਖੇ ਜੋ ਲੱਖਾ ਕਹਿੰਦੇ ਵੀ ਉਹ ਆਸੇ ਪਾਸੇ ਤੋਂ ਨਸ਼ੇ ਬੰਦ ਕਰਾਈ ਜਾਂਦਾ ਫਟਫਟ ਅੰਦਰ ਕਹੀ ਜਾਂਦਾ ਜੀ ਲੱਖਾ, ਉਹ ਕਹਿੰਦਾ ਲੱਖੇ ਨੇ ਇਹ ਗੱਲ ਕਹੀ ਇੰਟਰਵਿਊ ਦੇ ਵਿੱਚ, ਕਹਿੰਦਾ ਯਾਰ ਲੱਖਾ ਗੈਂਗਸਟਰ ਆ ਯਾਰ ਲੱਖਾ ਦੱਸੋ ਵੀ ਮਤਲਬ ਵੀ ਇੰਸਪੈਕਟਰ ਲੱਗਾ ਜਾਂ ਥਾਣੇਦਾਰ ਆ ਜਾਂ ਕੁਛ ਵੀ, ਉਹਨੇ ਬੜਾ ਕੁਛ ਕਿਹਾ ਹਨਾ ਵੀ ਲੱਖਾ ਕੀ ਤਾਂ ਕੀਤਾ ਯਾਰ ਲੱਖੇ ਦੇ ਤਾਂ ਆਪਦੇ ਕਹਿੰਦਾ ਪਿੰਡ ਵਿਕੀ ਜਾਂਦਾ ਲੱਖਾ ਕੀ ਕਰੇ। ਉਮੀਦ ਕਰਦੇ ਹਾਂ ਕਿ ਅੱਗੇ ਵੀ ਤੁਸੀਂ ਇੱਦਾਂ ਹੀ ਗੁਰੂ ਦੇ ਲੜ ਲੱਗੇ ਰਹੋਗੇ ਤੇ ਅੱਜ ਦੀ ਵੀਡੀਓ ਵਿੱਚ ਦੋਸਤੋ ਇੰਨਾ ਹੀ। ਮੈਂ ਤੁਹਾਡਾ ਆਪਣਾ ਸੁੱਖ ਬਾਠ ਲਾਹੌਰੀ ਵਾਲਾ ਨਾਗਿਆ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ।